ਕਿਵੇਂ ਸੁਣਾਇਆ? ਫੋਨ ਹੀ ਮਾਰਿਆ, ਉਹ ਕੁੱਟੀ ਜਾਂਦਾ ਸੀ ਉਹਨੂੰ, ਉਸ ਤੋਂ ਬਾਅਦ ਉਹਨੇ ਰਾਤ ਨੂੰ ਮਾਰ, ਫਿਰ ਮੈਨੂੰ ਬੁਲਾ ਲਿਆ ਫੋਨ ਕਰਕੇ, ਉਸ ਤੋਂ ਬਾਅਦ ਲੈ ਗਏ ਨੈਤ ਰੁਕ ਗਏ। ਤੇਰੇ ਉਹਦੇ ਨਾਲ ਸੰਬੰਧ ਸੀ ਕਿੰਨੇ ਟਾਈਮ ਦੇ ਸੰਬੰਧ ਸੀ, ਕੀ ਗੱਲਬਾਤ? ਸਾਲ ਦੇ ਰਾਸ ਰੋੜਾ ਬਣਦਾ ਸੀ ਤੁਹਾਡੇ ਤਾਂ ਮਾਰਿਆ ਹੋਰ ਹਾਂ ਵੀ ਕੀ ਨਾਮ ਤੇਰਾ? ਪਰਮਜੀਤ। ਤੈਨੇ ਆਪਦੇ ਘਰ ਵਾਲੇ ਦਾ ਕਤਲ ਕੀਤਾ, ਕੀ ਮਾਮਲਾ ਸੀ, ਕਾਹਤੋਂ ਕਤਲ ਕੀਤਾ? ਜੀ ਮੇਰੇ ਨਾਲ ਰੋਜ਼ ਲੜਦਾ ਸੀ। ਫਿਰ ਕੀ ਕੀਤਾ ਤੈਂ? ਗੋਲੀਆਂ ਪਾ ਕੇ ਜੀ ਗਲ ਘੋਟਤਾ। ਤੇ ਜਿਹੜਾ ਇਹ ਮੁੰਡਾ ਉਹ ਕੌਣ ਹੈ? ਇਹ ਗੱਲਬਾਤ ਆ ਜੀ ਮੇਰੀ ਇਹਦੇ ਨਾਲ। ਹੈ ਆਸ਼ਕ ਹੈ ਤੇਰਾ? ਹਾਂਜੀ। ਹੈ ਰੋੜਾ ਬਣਦਾ ਸੀ ਤੇਰਾ ਜਦੋਂ ਤੂੰ ਕੋਈ? ਰੋੜਾ ਨਹੀਂ ਬਣਦਾ ਜੀ, ਮੈਨੂੰ ਬਹੁਤ ਤੰਗ ਕਰਦਾ ਸੀ। ਤੇ ਹੁਣ ਤੈਨੂੰ ਕੋਈ ਪਛਤਾਵਾ ਹੈਗਾ ਕਿ ਨਹੀਂ? ਪਛਤਾਵਾ ਮੈਨੂੰ ਬਹੁਤ ਆ, ਮੇਰੇ ਬੱਚਿਆਂ ਦਾ ਪਛਤਾਵਾ ਹੈਗਾ। ਪਹਿਲਾਂ ਕਿਉਂ ਨਹੀਂ ਸੋਚਿਆ? ਪਹਿਲਾਂ ਸੋਚਿਆ ਸੀ ਵੀਰ ਜੀ, ਨਹੀਂ ਸੋਚਿਆ, ਉਹ ਸਮਝੇ, ਬਹੁਤ ਸਮਝਾਇਆ ਸੀ ਉਹਨਾਂ ਨੂੰ। ਨਹੀਂ ਜਦੋਂ ਤੂੰ ਹੀ ਆਪ ਹੋਰ ਬੰਦਾ ਕਰੀ ਬੈਠੀ ਹੈ ਤਾਂ ਸਮਝਾਇਆ ਉਹ ਨਹੀਂ ਗਿਆ? ਸਮਝਾਇਆ ਜੀ, ਮੈਂ ਬਹੁਤ ਪਹਿਲਾਂ ਮੈਂ ਕੋਈ ਕੀਲੇ ਗੋਹੇ ਤੇ ਪੈਰ ਨਹੀਂ ਸੀ ਧਰਿਆ। ਜਦੋਂ ਮੈਨੂੰ 24 ਘੰਟੇ ਬੰਦਾ ਕਹੀ ਜਾਵੇ ਵੀ ਤੂੰ ਫਲਾਣੇ ਨਾਲ ਤੂੰ ਢਿਉਂਕੇ ਨਾ, ਫਿਰ ਹੋਰ ਜਨਾਨੀ ਕੀ ਕਰੂਗੀ? ਮਾਨਸਾ ਪੁਲਿਸ ਵੱਲੋਂ ਇੱਕ ਅੰਨੇ ਕਤਲ ਦਾ ਜਿਹੜਾ ਮਸਲਾ ਹੈਗਾ 2 ਘੰਟੇ ਦੇ ਵਿੱਚ ਸੋਲਵ ਕਰ ਲਿਆ ਗਿਆ ਹੈ। ਇਹਦਾ ਮੇਨ ਜਿਹੜਾ ਕਤਲ ਹੋਇਆ ਉਹਦਾ ਨਾਂ ਹੈਗਾ ਕਿਰਨਜੀਤ ਸਿੰਘ। ਇਹ ਕਿਰਨਜੀਤ ਸਿੰਘ ਦਾ ਕਤਲ ਇਸ ਕਰਕੇ ਹੋਇਆ ਕਿਉਂਕਿ ਇਹਦੀ ਜਿਹੜੀ ਵਾਈਫ ਹੈ ਪਤਨੀ ਹੈ ਪਰਮਜੀਤ ਕੌਰ, ਉਹਦਾ ਅਵਤਾਰ ਸਿੰਘ ਕਰਕੇ ਕਿਸੇ ਬੰਦੇ ਦਾ ਨਜਾਇਜ਼ ਸੰਬੰਧ ਸੀਗੇ ਔਰ ਇਹ ਆਪਸ ਵਿੱਚ ਕਾਫੀ ਮਿਲਦੇ ਸੀਗੇ ਜਿਹਦੇ ਕਰਕੇ ਇਹਨਾਂ ਦਾ ਝਗੜਾ ਜਿਹੜੇ ਆਪਣੇ ਪਤੀ ਕਿਰਨਜੀਤ ਸਿੰਘ ਦੇ ਨਾਲ ਰਹਿੰਦਾ ਸੀਗਾ। ਉਹਨੂੰ ਪਰਮਾਨੈਂਟਲੀ ਆਪਣੇ ਰਸਤੇ ਦਾ ਰੋੜਾ ਸਮਝਦੇ ਸੀ। ਰੋੜੇ ਨੂੰ ਦੂਰ ਕਰਨ ਵਾਸਤੇ ਇਹਨਾਂ ਨੇ ਪਰਮਜੀਤ ਕੌਰ ਨੇ ਕੱਲ੍ਹ ਰਾਤ ਤਕਰੀਬਨ 11 ਵਜੇ ਇਹਦਾ ਕਤਲ ਕਰ ਦਿੱਤਾ। ਪਹਿਲਾਂ ਉਹਦੇ ਦੱਸਣ ਮੁਤਾਬਕ ਕਿ ਪਹਿਲਾਂ ਉਹਨੇ ਇਹਦੇ ਗਲ 'ਚ ਰੱਸਾ ਪਾਇਆ, ਰੱਸਾ ਪਾ ਕੇ ਉਹਨੂੰ ਇਹ ਸਮਝ ਲਿਆ ਕਿ ਮਰ ਗਿਆ ਹੈਗਾ। ਜਦੋਂ ਥੋੜ੍ਹੀ ਦੇਰ ਬਾਅਦ ਦੇਖਿਆ ਕਿ ਸ਼ਾਇਦ ਉਹਦੇ ਵਿੱਚ ਕੋਈ ਦਮ ਸੀਗਾ ਤਾਂ ਉਹਨੇ ਗੰਡਾਸੇ ਦੇ ਨਾਲ ਇਹਦੇ ਵਾਰ ਕੀਤਾ, 2 ਵਾਰ ਕੀਤੇ ਜਿਹਦੇ ਨਾਲ ਇਹਦੀ ਨਸ ਜਿਹੜੀ ਸੀਗੀ ਗਲੇ ਦੀ ਉਹ ਕੱਟੀ ਗਈ ਅਤੇ ਮੌਕੇ 'ਤੇ ਇਹਦੀ ਮੌਤ ਹੋ ਗਈ। ਇਸ ਉਪਰੰਤ ਪਰਮਜੀਤ ਕੌਰ ਨੇ ਆਪਣੇ ਜਿਹੜਾ ਇਹਦਾ ਆਸ਼ਿਕ ਸੀ, ਫਰੈਂਡ ਸੀ ਅਵਤਾਰ ਸਿੰਘ, ਇਹਨੂੰ ਫੋਨ ਕਰਕੇ ਘਰੋਂ ਬੁਲਾਇਆ। ਘਰੋਂ ਬੁਲਾ ਕੇ ਅਤੇ ਉਹਨੂੰ ਦੱਸਿਆ ਕਿ ਮੈਂ ਇਹਦਾ ਕਤਲ ਕਰ ਦਿੱਤਾ ਹੈਗਾ। ਅਤੇ ਇਸ ਤੋਂ ਉਪਰੰਤ ਅਵਤਾਰ ਸਿੰਘ ਨੇ ਲੋਕਲ ਮਾਰਕੀਟ ਤੋਂ ਇੱਕ ਜਿਹੜੀ ਹੈਗੀ ਆ ਸਬਜ਼ੀ ਦੀ ਰੇਹੜੀ ਦਾ ਇੰਤਜ਼ਾਮ ਕੀਤਾ ਅਤੇ ਲਾਸ਼ ਨੂੰ ਕਿਸੇ ਕੱਪੜੇ 'ਚ ਬੰਨ੍ਹ ਕੇ ਰੇਹੜੀ ਦੇ ਉੱਤੇ ਪਾ ਕੇ ਰਾਤੋ ਰਾਤ ਜਵਾਰ ਕੇ ਸੂਏ ਦੇ ਵਿੱਚ ਜਿਹੜਾ ਹੈਗਾ ਸੁੱਟਿਆਂ ਦਾ। ਇਸ ਸੰਬੰਧੀ ਜਦੋਂ ਸਾਨੂੰ ਸਵੇਰੇ ਅੱਜ 10 ਵਜੇ ਕੋਈ ਇਨਫੋਰਮੇਸ਼ਨ ਆਈ ਕਿ ਇੱਦਾਂ ਕੋਈ ਲਾਸ਼ ਕੋਈ ਬੋਡੀ ਉੱਥੇ ਪਈ ਹੈ ਅਤੇ ਤੁਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਮੌਕੇ 'ਤੇ ਪਹੁੰਚੇ। ਸਾਡੇ DSP ਮਾਨਸਾ SP ਸਾਹਿਬ ਅਤੇ SHO ਕੰਸਰਨ ਜਿਹੜੇ ਸੀਗੇ ਮੌਕੇ 'ਤੇ ਪਹੁੰਚੇ ਅਤੇ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲਿਆ। ਇਸ ਉਪਰੰਤ ਜਦੋਂ ਪੁੱਛਗਿੱਛ ਕੀਤੀ, ਇਹਦੀ ਵਾਈਫ ਤੋਂ ਪੁੱਛਗਿੱਛ ਕੀਤੀ ਸਖਤੀ ਦੇ ਨਾਲ, ਤਾਂ ਉਹਨੇ ਫਿਰ ਆਪਣਾ ਜਿਹੜਾ ਦੋਸ਼ ਕਬੂਲਿਆ ਕਿ ਮੈਂ ਜਿਹੜਾ ਹੈਗਾ ਕਤਲ ਜਿਹੜਾ ਇਹ ਆਪਣੇ ਪਤੀ ਦਾ ਕੀਤਾ, ਆਪਣੇ ਮਤਲਬ ਆਪਣੇ ਹੱਥਾਂ ਨਾਲ ਕੀਤਾ ਹੈਗਾ, ਜਿਹਦੇ ਵਿੱਚ ਇਹਦਾ ਇਹਦਾ ਸਾਥ ਜਿਹੜਾ ਹੈਗਾ ਅਵਤਾਰ ਸਿੰਘ ਨੇ ਦਿੱਤਾ। ਹੁਣ ਸਰ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ? 2 ਹੀ ਗ੍ਰਿਫਤਾਰੀਆਂ ਹੋਈਆਂ ਜੀ। ਇੱਕ ਤਾਂ ਜਿਹਦੇ ਕਤਲ ਕੀਤਾ ਉਹਦਾ ਨਾਂ ਪਰਮਜੀਤ ਕੌਰ ਆ, ਜਿਹੜੀ ਕਿ ਕਿਰਨਜੀਤ ਸਿੰਘ ਦੀ ਵਾਈਫ ਹੈਗੀ ਆ। ਸੈਕਿੰਡ ਅਵਤਾਰ ਸਿੰਘ ਹੈਗਾ, ਜਿਹਨਾਂ ਇਹਨਾਂ ਦੋ ਹੀ ਅਕਿਊਜ਼ ਹੈਗੇ ਨੇ, ਦੋਨਾਂ ਨੂੰ ਕਾਬੂ ਕਰ ਲਿਆ ਗਿਆ।